ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਜ਼ਰ ਹਾਂ ਜੀ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ KV ਸਕੂਲ ਸੂਰਾਨਸੀ ਜਲੰਧਰ ਰਿਕੁਆਇਰਮੈਂਟ 2020 ਬਾਰੇ, ਜਿਸ ਵਿੱਚ PRT, PGT, TGT ਉਸ ਤੋਂ ਇਲਾਵਾ ਨੋਨ ਟੀਚਿੰਗ ਸਟਾਫ ਵੀ ਨੋਟੀਫਿਕੇਸ਼ਨ ਹੈ ਜੀ। ਪੂਰੀ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਬੈਲ ਆਈਕੋਨ ਨੂੰ ਕਲਿੱਕ ਜ਼ਰੂਰ ਕਰੋ, ਜਿਸ ਨਾਲ ਸਾਡੀ ਹਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇਗੀ। ਉਸ ਤੋਂ ਇਲਾਵਾ ਸਾਡੀ ਅਫੀਸ਼ੀਅਲ ਵੈਬਸਾਈਟ www.punjabjobfind.com 'ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ। ਪੂਰੀ ਡਿਟੇਲ ਵਿੱਚ ਗੱਲ ਕਰਦੇ ਹਾਂ ਜੀ ਇਹਨਾਂ ਪੋਸਟਾਂ ਬਾਰੇ। ਸਭ ਤੋਂ ਪਹਿਲਾਂ KVS ਸੂਰਾਨਸੀ ਜਲੰਧਰ ਦੀਆਂ ਪੋਸਟਾਂ ਨੇ ਜੀ, ਜਿਸ ਵਿੱਚ PRT ਪ੍ਰਾਇਮਰੀ ਟੀਚਰ ਹੈ ਜੀ ਪੋਸਟਾਂ। ਉਸ ਤੋਂ ਇਲਾਵਾ PGT ਵਿੱਚ ਪੋਲੀਟੀਕਲ ਸਾਇੰਸ ਮੈਥ ਦੀਆਂ ਪੋਸਟਾਂ ਨੇ, TG ਵਿੱਚ ਬਾਇਓਲੋਜੀ ਮੈਥ ਸੰਸਕ੍ਰਿਤ ਪੰਜਾਬੀ ਦੀਆਂ ਪੋਸਟਾਂ ਨੇ ਜੀ TGT ਕੈਟਾਗਰੀ ਵਿੱਚ। ਉਸ ਤੋਂ ਇਲਾਵਾ ਸਪੋਰਟਸ ਕੋਚ, ਯੋਗਾ ਟੀਚਰ, ਨਰਸ, ਡਾਕਟਰ, ਕਾਉਂਸਲਰ, ਸਕਿੱਲ ਟੀਚਰ ਦੀਆਂ ਪੋਸਟਾਂ ਨੇ। ਡਿਪਾਰਟਮੈਂਟ ਨੇਮ ਹੈ ਜੀ ਕੇਂਦਰੀ ਵਿਦਿਆਲਿਆ ਸੂਰਾਨਸੀ ਜਲੰਧਰ ਪੰਜਾਬ। ਕੁਆਲੀਫਿਕੇਸ਼ਨ ਦੀ ਡਿਟੇਲ 'ਚ ਗੱਲ ਕਰਦੇ ਹਾਂ, ਵੇਰੀਅਸ ਨੇ। ਟਾਈਪ ਆਫ ਜੋਬ ਗੌਰਮੈਂਟ ਹੈ ਜੀ। ਲੋਕੇਸ਼ਨ ਦੀ ਗੱਲ ਕਰਦੇ ਹਾਂ, ਸੂਰਾਨਸੀ ਜਲੰਧਰ ਪੰਜਾਬ ਹੈ। ਮੋਡ ਆਫ ਅਪਲਾਈ ਆਫਲਾਈਨ ਹੈ ਜੀ। ਲਾਸਟ ਤਰੀਕ 15 ਫਰਵਰੀ 2020 ਹੈ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਡਿਟੇਲ 'ਚ ਗੱਲ ਕਰਦੇ ਹਾਂ ਜੀ, ਜਿਸ ਵਿੱਚ PGT ਕੈਟਾਗਰੀ ਲਈ ਪੋਸਟ ਗ੍ਰੈਜੂਏਸ਼ਨ ਡਿਗਰੀ ਕਲੀਅਰ ਕਰਨਾ ਜ਼ਰੂਰੀ ਹੈ 50% ਨੰਬਰਾਂ ਨਾਲ। ਜੋ ਵੀ ਤੁਸੀਂ ਸਬਜੈਕਟ ਦੇ ਵਾਈਜ਼ ਇਹ ਪੋਸਟ ਭਰ ਰਹੇ ਹੋ, ਉਸਦੀ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਉਸ ਤੋਂ ਇਲਾਵਾ BEd ਪਾਸ ਹੋਣੀ ਜ਼ਰੂਰੀ ਹੈ। TGT ਕੈਟਾਗਰੀ ਲਈ ਗ੍ਰੈਜੂਏਸ਼ਨ 45% ਨੰਬਰਾਂ ਨਾਲ ਪਾਸ ਹੋਣੀ ਜ਼ਰੂਰੀ ਹੈ ਵਿਦ BEd। ਕੰਪਿਊਟਰ ਇੰਸਟਰਕਟਰ ਪੋਸਟ ਲਈ BE, BTech, ਕੰਪਿਊਟਰ ਸਾਇੰਸ, BCA, MCA, MSc, ਇਲੈਕਟ੍ਰੋਨਿਕਸ ਜਾਂ MSc ਕੰਪਿਊਟਰ ਸਾਇੰਸ ਵਿੱਚ ਪਾਸ ਹੋਣਾ ਜ਼ਰੂਰੀ ਹੈ। ਕਾਉਂਸਲਰ ਪੋਸਟ ਲਈ BA, BSc ਹੋਣਾ ਜ਼ਰੂਰੀ ਹੈ। ਨਰਸ ਪੋਸਟ ਲਈ ਡਿਗਰੀ ਔਰ ਡਿਪਲੋਮਾ ਹੋਲਡਰ ਵਿਦ BLS ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਸਪੋਰਟਸ ਕੋਚ ਲਈ ਗ੍ਰੈਜੂਏਸ਼ਨ BPED, MPED ਕਲੀਅਰ ਹੋਣਾ ਜ਼ਰੂਰੀ ਹੈ। ਮਿਊਜ਼ਿਕ ਟੀਚਰ ਲਈ ਸੀਨੀਅਰ ਸੈਕੈਂਡਰੀ ਤੋਂ ਇਲਾਵਾ ਬੈਚਲਰ ਡਿਗਰੀ ਇਨ ਮਿਊਜ਼ਿਕ ਵਿੱਚ ਹੋਣਾ ਜ਼ਰੂਰੀ ਹੈ। ਯੋਗਾ ਟੀਚਰ ਲਈ ਗ੍ਰੈਜੂਏਟ ਪਾਸ ਹੋਣਾ ਜ਼ਰੂਰੀ ਹੈ ਵਿਦ 1 ਈਅਰ ਟ੍ਰੇਨਿੰਗ ਇਨ ਯੋਗਾ ਵਿੱਚ ਹੋਣੀ ਜ਼ਰੂਰੀ ਹੈ। ਸੈਲਰੀ ਦੀ ਗੱਲ ਕਰੀਏ ਅਤੇ ਏਜ ਲਿਮਿਟ ਦੀ ਗੱਲ ਕਰਦੇ ਹਾਂ ਤਾਂ ਇਸਦੀ ਜੋ ਵੀ KVS ਦੀ ਜੋ ਵੀ ਰੂਲ ਹਦਾਇਤਾਂ ਹੋਣਗੀਆਂ ਉਸਦੇ ਮੁਤਾਬਿਕ ਹੋਏਗੀ। ਅਫੀਸ਼ੀਅਲ ਨੋਟੀਫਿਕੇਸ਼ਨ ਜ਼ਰੂਰ ਵੇਖੋ। ਜੋਬ ਲੋਕੇਸ਼ਨ ਦੀ ਗੱਲ ਕਰਦੇ ਹਾਂ, ਸੂਰਾਨਸੀ ਜਲੰਧਰ ਹੈ ਜੀ। ਐਪਲੀਕੇਸ਼ਨ ਫੀਸ ਕੋਈ ਨਹੀਂ ਹੈ। ਹਾਊ ਟੂ ਅਪਲਾਈ ਹੈ, ਤੁਸੀਂ ਅਪਲਾਈ ਕਿਵੇਂ ਕਰਨੇ ਆ, ਆਫਲਾਈਨ ਫਾਰਮ ਹੈ ਜੀ, ਪ੍ਰਫੋਰਮਾ ਦਿੱਤਾ ਹੋਏਗਾ ਜਿਸ ਦੇ ਵਿੱਚ ਆਪਣਾ ਸਾਰਾ ਬਾਇਓਡਾਟਾ ਤੁਸੀਂ ਫਿੱਲ ਕਰਨਾ ਹੈ। ਇਸ ਨੂੰ ਫਿਲ ਕਰਕੇ ਆਪਣੇ ਸੈਲਫ ਟੈਸਟਡ ਕਰਕੇ ਫੋਟੋਆਂ ਲਾ ਕੇ ਤੁਸੀਂ ਇਹ ਐਡਰੈਸ 'ਤੇ, ਇਹਨਾਂ ਦੇ ਐਡਰੈਸ 'ਤੇ ਭੇਜ ਦੇਣੇ ਆ। ਉਸ ਤੋਂ ਇਲਾਵਾ ਇੰਪੋਰਟੈਂਟ ਡੇਟ ਬਾਰੇ ਡਿਟੇਲ 'ਚ ਫਿਰ ਗੱਲ ਕਰ ਦਿੰਦੇ ਹਾਂ ਜੀ, 15 ਫਰਵਰੀ 2020 ਤੱਕ ਤੁਸੀਂ ਫਾਰਮ ਭੇਜਣੇ ਆ। ਇੰਟਰਵਿਊ ਡੇਟ ਹੈ ਜੀ 21-22-25 ਫਰਵਰੀ 2020। ਉਸ ਤੋਂ ਇਲਾਵਾ ਜੋ ਵੀ ਪਰਫੋਰਮਾ ਅਤੇ ਇੰਪੋਰਟੈਂਟ ਨੋਟੀਫਿਕੇਸ਼ਨ ਹੈ, ਅਫੀਸ਼ੀਅਲ ਨੋਟੀਫਿਕੇਸ਼ਨ ਲਿੰਕ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਅਫੀਸ਼ੀਅਲ ਵੈਬਸਾਈਟ ਦਾ ਲਿੰਕ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਸਾਡੀ ਅਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਜੋਬਸ, ਟੀਚਿੰਗ, ਡਿਫੈਂਸ, ਰੇਲਵੇ, ITI, ਬੈਂਕ ਜੋਬਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਨੌਕਰੀਆਂ ਦੀ ਜਾਣਕਾਰੀ ਅਵੇਲੇਬਲ ਹੈ। ਉਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਤਾਂ ਵਟਸਐਪ ਗਰੁੱਪ, ਵਟਸਐਪ 'ਤੇ ਤੁਹਾਨੂੰ ਨੌਕਰੀਆਂ ਦੀ ਜਾਣਕਾਰੀ ਮਿਲਦੀ ਰਹੇ ਤਾਂ ਤੁਸੀਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਅਫੀਸ਼ੀਅਲ ਵੈਬਸਾਈਟ ਵਿੱਚ ਦਿੱਤਾ ਹੋਇਆ ਹੈ। ਵਟਸਐਪ ਗਰੁੱਪ ਇਸ ਜਗ੍ਹਾ 'ਤੇ ਵੀ ਲਿੰਕ ਦਿੱਤਾ ਹੋਇਆ, ਤੁਸੀਂ ਦੇਖ ਸਕਦੇ ਹੋ। ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰੋ। ਧੰਨਵਾਦ।